ਜੀ ਪੀਰ ਸਾਹਿਬ ਅੱਗੇ ਮੁਕਾਬਲਿਆਂ ਦੀ ਆਪਣੀ ਗੱਲ ਜਾਰੀ ਸੀ ਮੁਕਾਬਲਿਆਂ ਵਿੱਚ ਜਿਹੜੇ ਨੇ ਹਾਜੀ ਸ਼ੌਕਰ ਡੋਗਰ ਸਾਹਿਬ ਕਾਫੀ ਮੇਲਿਆਂ 'ਚ ਹਿੱਸਾ ਲੈਂਦੇ ਰਹੇ ਨੇ ਤੇ ਕੋਈ ਜਿੱਦੇ ਵੀ ਰਹੇ ਆ ਹੋਰ ਵੀ ਦੋਸਤ ਨੇ ਸਾਡੇ ਫੈਸਲਾਬਾਦ ਤੋਂ ਤੇ ਉਹਨਾਂ ਦੇ ਡੋਗਰ ਬਰੀਡ ਯਾਨੀ ਕਿ ਹਾਜੀ ਸ਼ੌਕਰ ਡੋਗਰ ਸਾਹਿਬ ਦੇ ਫਾਰਮ ਦੀਆਂ ਜਿਹੜੀਆਂ ਮੱਝਾਂ ਨੇ ਜਾਂ ਮੇਲਿਆਂ 'ਚ ਹਿੱਸਾ ਲੈਂਦੀਆਂ ਰਹੀਆਂ ਮੀਡੀਆ ਤੇ ਵੀ ਨਜ਼ਰ ਆਉਂਦੀਆਂ ਨੇ ਦੋਸਤ ਤਾਂ ਖਾਂਦੇ ਨੇ ਅਸੀਂ ਪਿਛਲੇ ਦਿਨਾਂ ਇੰਟਰਵਿਊ ਕੀਤਾ ਉਹਨਾਂ ਦੇ ਬਾਰੇ 'ਚ ਤੁਹਾਡੇ ਕੀ ਖਿਆਲ ਆਤ ਨੇ ਜੀ ਹਾਈ ਸਾਹਿਬ ਦੇ ਬਾਰੇ ਮੇਰੇ ਖਿਆਲਤ ਇਹ ਨੇ ਕਿ ਉਹਨਾਂ ਦੀ ਕੋਈ 24-25 ਸਾਲ ਦੀ ਮਿਹਨਤ ਹੈ ਹਾਈ ਸਾਹਿਬ ਦੁੱਧ ਦਾ ਸ਼ੌਕ ਕਰ ਰਹੇ ਨੇ ਉਹਨਾਂ ਨੀਲੀ ਦੂਰਾਵੀ ਦੂਹਰ ਜਗ੍ਹਾ ਤੋਂ ਮੱਝਾਂ ਲਈਆਂ ਨੇ ਦੁੱਧ ਵਾਲੀਆਂ ਮੱਝਾਂ ਉਹਨਾਂ ਦੇ ਕੋਲ ਪੁਰਾਣੀਆਂ ਮੱਝਾਂ ਦੁੱਧ ਵਾਲੀਆਂ ਵੀ ਉਹਨਾਂ ਰੱਖੀਆਂ ਨੇ ਮੇਲੇ ਵੀ ਉਹ ਤਕਰੀਬਨ ਮੇਰੇ ਖਿਆਲ ਨਾਲ 2002 ਤੋਂ ਖੇਡਦੇ ਆਂਦੇ ਨੇ ਜਾਂ ਉਸ ਤੋਂ ਵੀ ਸ਼ਾਇਦ ਪਹਿਲੇ ਤੇ ਉਹਨਾਂ ਕੋਲ ਅੱਛੀ ਦੁੱਧ ਵਾਲੀ ਬਰੀਡ ਹੈ ਜੀ ਨੀਲੀ ਰਾਵੀ ਬਰੀਡ ਮੈਂ ਪਹਿਲੇ ਵੀ ਜ਼ਿਕਰ ਕਰ ਚੁੱਕਾ ਉਹਨਾਂ ਨੀਲੀ ਰਾਵੀ ਦੀ ਉਹਨਾਂ ਕੋਲ ਅੱਛੀਆਂ ਮੱਝਾਂ ਨੇ ਨੀਲੀ ਰਾਵੀ ਬਰੀਡ ਨਗਲ ਦੁੱਧ ਵਾਲੀ ਅੱਛੀ ਹੈ ਜੀ ਇਹਦੇ ਵਿੱਚ ਇਹ ਹੁੰਦਾ ਹੈ ਕਿ ਬੰਦਾ ਮੇਰੇ ਆਖਣੀਆਂ ਕਿਸੇ ਹੋਰ ਦੇ ਆਖਣ ਨਾਲ ਉਹਨਾਂ ਕੋਈ ਜ਼ਿਆਦਾ ਨਹੀਂ ਉਹਨਾਂ ਦੀਆਂ ਅਛੀਆਂ ਹੋ ਜਾਣੀਆਂ ਜਾਂ ਕਿਸੇ ਦੇ ਕੀ ਇਹਨਾਂ ਦਾ ਘਟਾਇਆ ਉਹਨਾਂ ਦੀ ਘਟ ਨਹੀਂ ਜਾਵਣੀਆਂ ਥੋੜੇ ਦਿਨ ਪਹਿਲੇ ਤੁਸੀਂ ਆਪ ਵੀ ਜੀ ਡੀਸੀਐਫ ਦੀ ਲਾਈਵ ਚ ਆਈ ਹੋਈ ਉਹਨਾਂ ਉਹਨਾਂ ਦੀਆਂ ਮੱਝਾਂ ਘਰ ਦੀਆਂ ਮੱਝਾਂ ਨੇ ਪਰਫਾਰਮ ਕੀਤਾ ਦੋ ਦੁੱਧਨਾਂ ਚ ਆਇਆ ਹੈ 30 ਕਿਲੋ ਦੁੱਧ ਇਹ ਲੋਕਾਂ ਨੂੰ ਗਲਤ ਫਹਮੀ ਹੈ ਬਹੁਤ ਵੱਡੀ ਹੈ ਅਕਸਰ ਲੋਕਾਂ ਨੂੰ ਜਿਹੜੇ ਦੁੱਧ ਕੰਡੇ ਤੇ ਨਹੀਂ ਚੜਾਉਂਦੇ ਇਸਾਡੀ ਮੱਝ ਜੀ ਇਤਨੇ ਕਿਲੋ ਕਰ ਗਈ ਗਡਵੀਆਂ ਦੇ ਦੁੱਧ ਦਾ ਤੇ ਕੰਡੇ ਦੇ ਦੁੱਧ ਦਾ ਬਹੁਤ ਫਰਕ ਹੈ ਇਸਲ ਮੱਝ 20 ਕਿਲੋ ਦੁੱਧ ਕੰਡੇ ਦਾ ਕਰਦੀ ਹੈ ਨਾ ਜਿਸਲ ਉਸ ਤੋਂ ਉੱਪਰ ਜਾਂਦੀ ਉਸਲ ਸੋਰ ਲੱਗਦਾ ਹੈ ਮਾਲਿਕ ਦਾ ਵੀ ਤੇ ਮੱਝ ਦਾ ਵੀ ਤੇ 30 ਕਿਲੋ ਨਾ ਲਮਣਾ ਸੋਖਾ ਹੈ ਭਾਵੇਂ ਜਿਵੇਂ ਵੀ ਹੋਵੇ 30 ਕਿਲੋ ਬਹੁਤ ਦੁੱਧ ਹੁੰਦਾ ਜੀ ਸਹੀ ਤੇ ਪੀਰ ਸਾਹਿਬ ਜਿਹੜਾ ਨਾ ਝੋਟਾ ਰੱਖਣਾ ਫਾਰਮ ਦੇ ਉੱਤੇ ਬੜੀ ਐਮ ਜ਼ਰੂਰਤ ਹੈ ਕੀ ਠੀਕ ਹੈ ਜੀ ਤੇ ਪਾਕਿਸਤਾਨ ਤੇ ਜਿਹੜਾ ਮੱਜਾਂ ਦਾ ਉੱਤੇ ਸਰਵੇ ਹੋਇਆ ਨਾ ਜਦੋਂ ਉਹਨਾਂ ਨੇ ਮੱਜਾਂ ਗਿਣੀਆਂ ਤੇ ਜ਼ਿਆਦਾ 80% ਘਰ ਐਸੇ ਜਿਨ੍ਹਾਂ ਕੋ ਪੰਜ ਮੱਜਾਂ ਤੱਕ ਮੱਜਾਂ ਨੇ ਤੇ ਪੰਜ ਮੱਜਾਂ ਦੇ ਛੋਟੇ ਰੱਖਣਾ ਅੱਜ ਕੱਲ ਦੇ ਮੰਗਾਈ ਦੇ ਦੌਰ ਚ ਬੜਾ ਔਖਾ ਕੰਮ ਆ ਤੇ ਨਸਲ ਵੀ ਛੋਟੇ ਨਾਲ ਹੀ ਚਲਣੀ ਆ ਤੇ ਹਾਜੀ ਸ਼ੌਕਰ ਡੋਕਰ ਸਾਹਿਬ ਨੇ ਪਿਛਲੇ ਦਿਨ ਐਸੀ ਮਨ ਯੂਨਿਟੀ ਸ਼ੁਰੂ ਕੀਤੀ ਤਾਂ ਉਹਨਾਂ ਦੇ ਛੋਟੇ ਹਾਂ ਤੇ ਜਿਹੜੇ ਉਹਨਾਂ ਨੇ ਸੀਮਲ ਬਣਾਏ ਮਾਰਕੀਟ ਚ ਦਿੱਤੇ ਉਹਨਾਂ ਦੇ ਬਾਰੇ ਚ ਤੁਹਾਡੀ ਕੀ ਰਾਏ ਆ ਕਿ ਜਿਹੜੇ ਆਮ ਫਾਰਮਰ ਜਿਹੜਾ ਤਕਰੀਬਨ ਹਰ ਬਰੀਡਰ ਤੇ ਜਿਹੜਾ ਪ੍ਰਮੋਟ ਵੀ ਕਰਦਾ ਕਾਮ ਫਾਰਮਰ ਜੇ ਤਗੜਾ ਹੋਏਗਾ ਤਾਂ ਫਿਰ ਇਹ ਸ਼ੌਕ ਚੱਲੇਗਾ ਮੱਝ ਦੀ ਬੱਕਾ ਵੀ ਚਲੇਗੀ ਤੁਸੀਂ ਕੀ ਸਮਝਦੇ ਹੋ ਕਿ ਜਿਹੜੇ ਸੀਮਨ ਇਹ ਮੱਝ ਦੀ ਤਰੱਕੀ ਲਈ ਅੱਛਾ ਵਾ ਅਕਦਮ ਕੀ ਸਮਝਦੇ ਜੀ ਬਿਲਕੁਲ ਅੱਛਾ ਇਕਦਮ ਹੈ ਜੀ ਮੈਂ ਸਮਝਣਾ ਕਿ ਜਿਹੜੇ ਬੰਦੇ ਨੂੰ ਸ਼ੌਕ ਹੈ ਨੀਲੀ ਰਾਵੀ ਦਾ ਹਾਂ ਜੀ ਯਾਨੀ ਨੀਲੀ ਰਾਵੀ ਦੀ ਮੱਝ ਰਖਦਾ ਹੈ ਉਹਦੇ ਵਾਸਤੇ ਡੋਗਰ ਬਰੀਡ ਦੇ ਸੀਮਨ ਅੱਛੇ ਨੇ ਲੈਮਣੀ ਚਾਹੀਦੇ ਨੇ ਇਸਤੇਮਾਲ ਕਰਨੇ ਚਾਹੀਦੇ ਨੇ ਕਿਉਂਕਿ ਉਹਨਾਂ ਨੇ ਪ੍ਰੂਵ ਕੀਤਾ ਹੈ ਉਹਨਾਂ ਦੀ 25 ਸਾਲ ਦੀ ਮਿਹਨਤ ਹੈ ਉਹਨਾਂ ਨੇ ਪ੍ਰੂਵ ਕੀਤਾ ਉਹਨਾਂ ਘਰ ਦੀਆਂ ਮੱਜਾਂ ਸਵਾ ਕੇ ਚਵਾ ਕੇ ਲੋਕਾਂ ਨੂੰ ਵਿਖਾਈਆਂ ਨੇ ਤੇ ਬਿਲਕੁਲ ਇਹ ਅੱਛਾ ਇਕਦਮ ਹੈ ਮੈਂ ਤੇ ਹੋਰ ਇਸ ਤੋਂ ਵੱਧ ਕੇ ਇੱਕ ਗੱਲ ਕਰਨਾ ਕਿ ਨੀਲੀ ਰਾਵੀ ਦੇ ਤੋਂ ਕੰਮ ਕਰ ਰਹੇ ਨੇ ਸਾਨੂੰ ਨੀਲੀ ਵਾਲਿਆਂ ਨੂੰ ਵੀ ਆ ਦੇ ਨੀਲੀ ਦੇ ਝੋਟਿਆਂ ਦਾਵਨ ਵਾਲੇ ਵਕਤ 'ਚ ਸੀਮਨ ਬਣਾਉਣਾ ਚਾਹੀਦਾ ਹੈ ਜੀ ਹਰ ਬੰਦਾ ਕਿਉਂਕਿ ਹਰ ਬੰਦਾ ਝੂਠਾ ਜਿਵੇਂ ਤੁਸੀਂ ਆਖਿਆ ਨਹੀਂ ਰੱਖ ਸਕਦਾ ਹਫੇ ਸਾਬ ਇਹਦੇ ਵਿੱਚ ਇੱਕ ਅਗਰ ਨਸਲ ਜੀ ਬਿਹਤਰੀ ਆਉਣੀ ਹੈ ਤਾਂ ਉਹ AI ਨਾਲ ਹੀ ਆਉਣੀ ਹੈ ਸਹੀ ਇਹਦੇ ਵਿੱਚ ਤਾਂ ਇਹ ਹੈ ਕਿ ਹਰ ਬੰਦੇ ਅਗਰ ਤੁਸੀਂ ਚਾਹੁੰਦੇ ਨੇ ਹਰ ਬੰਦੇ ਕੋਲ ਅੱਛੀ ਮੱਝ ਹੋਵੇ ਹਰ ਬੰਦਾ ਦਾ 115 ਲੱਖ ਕਿਉਂਕਿ ਅੱਜ ਅੱਛਾ ਝੋਟਾ ਇਸ ਤੋਂ ਘਟ ਨਹੀਂ ਮਿਲਦਾ ਜਿਹੜਾ ਪ੍ਰੂਵਨ ਬੋਲੇ ਉਹ ਮੈਂ ਕਮ ਅਸ ਕਮ ਗੱਲ ਕਰਦਾ ਪੀਆਂ ਇਸ ਤੋਂ ਘਟ ਨਹੀਂ ਮਿਲਦਾ ਹਰ ਬੰਦਾ ਝੂਠਾ ਨਹੀਂ ਰੱਖ ਸਕਦਾ ਅਗਰ ਅਸੀਂ ਨੀਲੀ ਵਾਲੇ ਕਿਸੇ ਤਰੀਕੇ ਨਾਲ ਅਮਨ ਵਾਲੇ ਵਕਤ ਤੇ ਜੈਸੀ ਆਦੇ ਨੀਲੀ ਦੇ ਸਾਨੂੰ ਵੀ ਚਾਹੀਦਾ ਹੈ ਮਿਹਨਤ ਕਰਨੀ ਚਾਹੀਦੀ ਹੈ ਤੇ ਨੀਲੀ ਦੇ ਝੋਟਾਂ ਦਾ ਸਿਮਨ ਬਣਾ ਕੇ ਵੀ ਪ੍ਰਮੋਟ ਕਰਨਾ ਚਾਹੀਦਾ ਹੈ ਲੋਗਨ ਮਾਰਕੀਟੇ ਪੇਸ਼ ਕਰਨਾ ਚਾਹੀਦਾ ਹੈ ਕਿਉਂ ਨਹੀਂ ਕਰਨਾ ਚਾਹੀਦਾ ਮੈਂ ਅਬ ਦੀ ਹੱਦ ਤੱਕ ਗੱਲ ਕਰਸਾਂ ਕਿ ਜਦੋਂ ਮੈਂ ਆਪ ਦਾ ਅਪਰੂਵ ਕਰ ਲਿਆ ਘਰ ਦੀਆਂ ਝੋਟੀਆਂ ਮੱਝਾਂ ਸਵਾ ਕੇ ਜਦੋਂ ਮੈਂ ਲੋਗਨ ਅਪਰੂਵ ਕਰ ਲਿਆ ਮੈਂ ਤੇ ਇਨਸ਼ਾਅੱਲਾ ਮੇਰਾ ਫੋਕਸ ਹੈ ਇਸ ਸਾਈਡ ਤੇ ਕਿ ਇਨਸ਼ਾਅੱਲਾ ਅੱਲਾ ਨੇ ਚਾਹ ਤੇ ਇਸ ਪਾਸੇ ਕੋਸ਼ਿਸ਼ ਕਰਸਾਂ ਕਿ ਆਮ ਆਦਮੀ ਦੀ ਖਿਦਮਤ ਕਰ ਸਕੀਏ ਨੀਲੀ ਵਿੱਚ ਰਹਿ ਕੇ ਵੀਰ ਸਾਹਿਬ ਇਸ ਵੇਲੇ ਪੰਜਾਬ ਚ ਕੋਈ ਤਕਰੀਬਨ 10 ਯੂਨਿਟ ਜਿਹੜੇ ਸਿਮਨ ਯੂਨਿਟੇ ਕੰਮ ਕਰਦੇ ਪਏ ਨੇ ਉਹਦੇ ਵਿੱਚ ਸਰਕਾਰੀ ਵੀ ਸਿਮਨ ਯੂਨਿਟ ਅਟੈਕ ਆ ਵਾ ਤੇ ਸਰਕਾਰੀ ਤੌਰ ਤੇ ਮੱਝ ਤੇ ਹੋ ਗਈ ਨੀਲੀ ਰਾਵੀ ਜੀ ਪ्योर ਨੀਲੀ ਵਾਲਾ ਤੇ ਜਿਹੜਾ ਵਾ ਨਹੀਂ ਹੁਣ ਉਹ ਨਜ਼ਰੀਆ ਰਿਆ ਹਕੂਮਤੀ ਕਾਗਜ਼ਾਂ ਚ ਤੇ ਜਿਹੜੇ ਕੋਈ ਪੁਰਾਣੇ ਬ੍ਰੀਡਰ ਆ ਨੀਲੀ ਤੇ ਬੈਠੇ ਆ ਉਹ ਕਲੇਮ ਕਰਦੇ ਆ ਜਾਂ ਦੋਸਤ ਕਹਿੰਦੇ ਇਹਨਾਂ ਕੋ ਨੀਲੀ ਦੀਆਂ ਜਾਨਵਰ ਨੇ ਜਿਹੜੇ ਦੋਸ਼ੋਕ ਕਰਦੇ ਨੇ ਮੁxtਲਫ ਯਾਨੀ ਦੂਸਰੇ ਪੰਜਾਬ ਦੇ ਮੁxtਲਫ ਸ਼ਹਿਰਾਂ ਚੋਂ ਆਂਦੇ ਜੈਸਰਾ ਮੰਡੀ ਬਾਉ ਦਿਨ ਗੁਜਰਾਤ ਸਰਗੋਦਾ ਉਹ ਤੁਹਾਡੇ ਕੋਲ ਇਸ ਇਲਾਕੇ ਚੋਂ ਆਨ ਕੇ ਨੀਲੀ ਦੀ ਇੱਕ ਮੱਝ ਦੋ ਮੱਝ ਤਿੰਨ ਲੈ ਜਾਂਦੇ ਫਿਰ ਉਹ ਹੁਣ ਦੋ ਮੱਜਾਂ ਜਾਂ ਚਾਰ ਮੱਜਾਂ ਦੇ ਸਵਾਲ ਹੀ ਆ ਕੋਈ ਛੋਟਾ ਕਿਵੇਂ ਰੱਖਣਾ ਮਾਰਕੀਟ ਚ ਜਿਹੜੇ ਸੀਮਨ دستیاب ਉਹ ਸਾਰੇ ਨੀਲੀ ਰਾਵੀ ਦੇ ਨੇ ਠੀਕ ਆ ਤੇ ਇਹ ਹੁਣ ਤੁਸੀਂ ਜੈਸਾ ਕਹਿ ਰਹੇ ਜੇ ਤੇ ਅੱਲਾਹ ਤਾਲ ਤੁਹਾਨੂੰ ਕਾਮਯਾਬ ਕਰੇ ਤੇ ਕਿਹਾ ਇਹ ਵਕਤ ਦੀ ਜ਼ਰੂਰਤ ਨਹੀਂ ਕਿ ਨੀਲੀ ਦੇ ਸੀਮਨ ਵੀ ਮਾਰਕੀਟ ਚ ਹੋਣੇ ਚਾਹੀਦੇ ਆ ਕਿਉਂਕਿ ਤੁਹਾਡੇ ਜਿਸ ਚੀਜ਼ ਤੇ ਤੁਸੀਂ ਕੰਮ ਕਰ ਰਹੇ ਜੇ ਜੇ ਉਹ ਚੀਜ਼ دستیاب ਹੋਏਗੀ ਤੇ ਉਹ ਚੀਜ਼ ਚੱਲੇਗੀ ਨਾ ਜੀ ਜੀ ਬਿਲਕੁਲ ਵਕਤ ਦੀ ਜ਼ਰੂਰਤ ਹੈ ਜਿਵੇਂ ਕੁਝ ਦੋਸਤ ਆੰਦੇ ਨੇ ਕਿ ਨੀਲੀ ਜਿਹਨੂੰ ਨੀਲੀ ਦਾ ਸ਼ੌਕ ਹੈ ਉਹਨੂੰ ਨੀਲੀ 라ਵੀ ਦਾ ਝੋਟਾ ਨਹੀਂ ਇਸਤੇਮਾਲ ਕਰਨਾ ਚਾਹੀਦਾ ਮੈਂ ਇਸ ਗੱਲ ਬਿਲਕੁਲ ਉਹਨਾਂ ਦੇ ਨਾਲ ਹਾਂ ਲੇਕਿਨ ਉਹਨਾਂ ਨੂੰ ਆਪਸ਼ਨ ਦੇਓ ਨਾ ਹਾਂਜੀ ਉਹਨਾਂ ਨੂੰ ਸਾਨੂੰ ਆਪਸ਼ਨ ਦੇਣੀ ਚਾਹੀਦੀ ਅਸੀਂ ਜਿਹੜੇ ਲੋਕ ਨੀਲੀ ਤੇ ਕੰਮ ਕਰ ਰਹੇ ਹਾਂ ਸਾਨੂੰ ਨੀਲੀ ਦੇ ਝੋਟਿਆਂ ਦਾ ਸੀਮਨ ਬਣਾਉਣੇ ਚਾਹੀਦੇ ਸੀਮਨ ਬਣਾ ਕੇ ਮਾਰਕੀਟ ਇ ਅਵੇਲੇਬਲ ਕਰੀਏ ਹਾਂ ਫਿਰ ਅਸੀਂ ਲੋਕਾਂ ਨੂੰ ਆਖ ਸਕਦੇ ਹਾਂ ਕਿ ਤੁਸੀਂ ਕ੍ਰਾਸ ਦਾ ਸੀਮਨ ਨਾ ਇਸਤੇਮਾਲ ਕਰੋ ਹੁਣ ਅੱਜ ਤੱਕ ਬੰਦੇ ਜਿਵੇਂ ਤੁਸੀਂ ਖੁਦ ਫਰਮਾ ਰਹੇ ਨੇ ਲੋਕਾਂ ਕੋਲ ਤਾਂ ਆਪਸ਼ਨ ਹੀ ਸਿਰਫ ਕ੍ਰਾਸ ਦਾ ਹੈ ਜਾਂ ਤੇ ਲੋਕ ਨੀਲੀ ਦਾ ਝੋਟਾ ਲੈਣ ਨੀਲੀ ਦਾ ਜੋਟਾ ਖਰੀਦੇ ਨੀਲੀ ਦਾ ਜੋਟਾ ਰੱਖਣ ਤੇ ਫਿਰ ਤੇ ਠੀਕ ਏ ਲੇਕਿਨ ਜਦੋਂ ਨੀਲੀ ਤੇ ਦੀ ਬਰੀਡ ਬਣਾ ਸਕਦੇ ਨੇ ਲੇਕਿਨ ਜਿਵੇਂ 2-4 ਮੱਜਾਂ ਵਾਲਾ ਹਰ ਬੰਦਾ ਇਤਨਾ ਮਹਿੰਗਾ ਜੋਟਾ ਨਹੀਂ ਲੈ ਸਕਦਾ ਉਂਝ ਜੋਟੇ ਤੇ 1.5 ਲੱਖ ਦਾ 2 ਲੱਖ ਦਾ ਹੀ ਮਿਲ ਜਾਂਸੀ ਲੇਕਿਨ ਜਿਹੜਾ ਅੱਛਾ ਜੋਟਾ ਹੈ ਪ੍ਰੂਵਨ ਜੋਟਾ ਉਹ 10 ਲੱਖ ਤੋਂ ਘਟ ਨਹੀਂ ਮਿਲਣਾ ਸਾਨੂੰ ਬਿਲਕੁਲ ਚਾਹੀਦਾ ਹੈ ਵਕਤੀ ਸੁਰਤ ਵੀ ਹੈ ਤੇ ਜਿਹੜੇ ਅਸੀਂ ਕੰਮ ਕਰ ਰਹੇ ਹਾਂ ਸਾਨੂੰ ਇਹ ਚਾਹੀਦਾ ਵੀ ਹੈ ਕਿ ਅਸੀਂ ਇਸੇ ਮਨ ਨੀਲੀ ਦਾ ਬਣਾ ਕੇ ਮਾਰਕੀਟ ਜੇ ਅਵੇਲੇਬਲ ਕਰੀਏ ਤੇ ਆਮ ਤੌਰ ਤੇ ਦੋਸਤ ਜਿਹੜੇ ਬਰੀਡਰ ਨੇ ਝੋਟੇ ਜਿਹੜੇ ਹੁੰਦੇ ਨੇ ਇੱਕ ਮਾਲੀ ਜਾਂ ਦੋ ਮਾਲੀਆਂ ਕਰਾਉਂਦੇ ਨੇ ਤੇ ਗਾਂ ਦੇ ਦਿੰਦੇ ਆ ਹੋਰ ਦੋਸਤ ਨੂੰ ਜਾਂ ਸੇਲ ਕਰ ਦਿੰਦੇ ਆ ਤੇ ਜਿੰਨੀ ਦੇਰ ਨੂੰ ਝੋਟਾ ਪ੍ਰੂਵਨ ਹੁੰਦਾ ਵਾ ਤੇ ਉਹ ਕਈ ਦਫਾ ਤੇ ਲੱਭਦਾ ਹੀ ਕੋਈ ਨਹੀਂ ਹੈਗਾ ਤੇ ਹੁਣ ਤੁਸੀਂ ਕੀ ਐਸੇ ਕਦਮات ਕਰ ਰਹੇ ਹੋ ਕਿਉਂਕਿ 2 4 ਜਾਂ 6 8 ਝੋਟੇ ਤੁਸੀਂ ਆਪਣੇ ਸਰਕਲ ਵਿੱਚ ਕੋਈ ਰੱਖੇ ਦੇ ਆ ਜਿਨ੍ਹਾਂ ਦੀਆਂ ਝੋਟੀਆਂ ਆਣਗੀਆਂ ਤੇ ਆਣ ਵਾਲੇ ਵਕਤ ਚ ਤੁਹਾਨੂੰ ਪਤਾ ਲੱਗੇਗਾ ਕਿ ਝੋਟਾ ਪ੍ਰੂਵਨ ਹੋ ਗਿਆ ਤੇਰੇ ਤੇ ਐਸੀ ਕੋਈ ਸੀਮਤ ਬਣਾਈ ਹੈ ਜਾਂ ਇਹ ਤੋਂ ਮਜ਼ੀਦ ਫਾਇਦਾ ਲਈ ਹੈ ਜੀ ਬਿਲਕੁਲ ਹਫੀਜ਼ ਸਾਹਿਬ ਝੋਟੇ ਰੱਖੇ ਨੇ ਮੇਰੇ ਕੋਲ ਤਾਂ ਇਹ ਪਹਿਲਾ ਝੋਟਾ ਜਿਹੜਾ ਹੈ ਆਪਣਾ ਅਲੀ ਇਮਰਾਨ ਖਾਨ ਅਲਮਸਤਾਨਾ ਉਹਨਾਂ ਨਾਲ ਸਾਡਾ ਤੱਲਕ ਇਸ ਤਰ੍ਹਾਂ ਦਾ ਇੱਕੋ ਗਾਰੇ ਕੋਈ ਫਰਕ ਅਲੀ ਗੱਲ ਕੋਈ ਨਹੀਂ ਉਧੀਆਂ ਹੁਣ ਜੋਟੀਆਂ ਸੋਨੀਆਂ ਨੇ ਉਸ ਤੋਂ ਬਾਅਦ ਹੋਰ ਜੋਟੇ ਮੇਰੇ ਆਪ ਦੇ ਵੀ 1-2 ਹੈ ਨੇ ਮੈਂ ਰੱਖੇ ਹੋਏ ਉਹਨਾਂ ਨੂੰ ਵੀ ਮੱਝਾਂ ਕਰਾਸ ਕਰਾਈਆਂ ਨੇ ਉਹਨਾਂ ਦੀ ਪਰਫਾਰਮੈਂਸ ਵੇਖ ਕੇ ਇਨਸ਼ਾਅੱਲਾ ਜਦੋਂ ਅਪਰੂਵਨ ਹੋ ਗਏ ਸਾਡੇ ਕੋਲ ਹੋਰ ਅਲੀ ਇਮਰਾਨ ਖਾਨ ਕੋਲ 3-4 ਜੋਟੇ ਹੈ ਨੇ ਦੋ ਮੇਰੇ ਕੋਲ ਨੇ ਹੁਣ ਵੀ ਕੋਈ ਕੱਟੇ ਅੱਗੇ ਰੱਖੇ ਹੋਏ ਨੇ ਇਸ ਤਰ੍ਹਾਂ ਬਣਾ ਕੇ ਸਾਡੇ ਕੋਲ 7-8 ਜਾਣ ਜੋਟੇ ਕੱਟੇ ਬਣ ਜਾਂਦੇ ਨੇ ਇਸ ਤੋਂ ਵੀ ਸ਼ਾਇਦ 1-2 ਜ਼ਿਆਦਾ ਹੋਣ ਤੇ ਇਨਸ਼ਾਅੱਲਾ ਜਦੋਂ ਅਪਰੂਵਨ ਹੋਣਗੇ ਤੇ ਇਨਸ਼ਾਅੱਲਾਸੀਂ ਇਸ ਚੀਜ਼ ਤੇ ਕੰਮ ਕਰਾਂਗੇ ਬਿਲਕੁਲ ਚਲੋ ਜੀ ਸੀਮਨ ਦੇ ਉਤੇ ਮੇਰੇ ਨਾਲ ਕਾਫੀ تفصیلی ਗੱਲ ਹੋ ਗਈ ਹੈ ਜੇ دوست مزید ਕੋਈ ਸੀਮਨ ਦੇ ਖਾਸੋਰ ਤੇ ਨੀਲੀ نسل ਤੇ ਸਵਾਲ ਕਰਨਾ ਚਾਹਵੇ ਤੇ ਕਮੈਂਟ ਸੈਸ਼ਨ ਚ ਪੁੱਛੇ ਤੇ لازمی ਪੀਰ ਸਾਹਿਬ ਉਹਦਾ ਜਵਾਬ ਵੀ ਦੇਣਗੇ ਤੇ ਪੀਰ ਸਾਹਿਬ ਝੋਟੇ ਦੀ اہمیت ਤੇ ਤੁਸੀਂ ਗੱਲ ਕਰ ਰਹੇ ਸੀ ਤੇ ਇੱਥੇ ਜ਼ਰਾ ਰੋਸ਼ਨੀ ਪਾਓ ਕਿ ਝੋਟਾ ਜਿਹੜਾ ਫਾਰਮ ਚ ਮੌਜੂਦ ਹੋਵੇ ਉਹ ਕਿਸ ਤਰ੍ਹਾਂ ਦਾ ਬੰਦਾ ਸਿਲੈਕਟ ਕਰਦਾ ਹੈਗਾ ਉਹਨੂੰ ਸਿਰਫ ਵੇਖ ਕੇ ਉਹਦੀ ਬਾਡੀ ਸਟਰਕਚਰ ਜਾਂ ਖੂਬਸੂਤੀ ਵੇਖ ਕੇ ਉਹਨੂੰ ਸਿਲੈਕਟ ਕਰਨ ਦਾ ਮਿਆਰ ਆ ਜਾਂ ਕੋਈ ਹੋਰ ਤਰੀਕਾ ਉਹਦੀਆਂ ਅਗਲੀਆਂ ਨਸਲਾਂ ਦੇਖ ਕੇ ਇਸ ਬਾਰੇ ਜੀ ਸਾਨੂੰ ਤਫਸੀਲ ਨਾਲ ਬਰੀਫ ਕਰੋ ਹਾਫਿਜ਼ ਸਾਹਿਬ ਇਹ ਤੁਸੀਂ ਬਹੁਤ ਹੀ ਅੱਛਾ ਸਵਾਲ ਕੀਤਾ ਹੈ ਮੇਰਾ ਜੋ ਨਜ਼ਰੀਆ ਹੈ ਨਾ ਉਹਦੇ ਵਿੱਚ ਇਹ ਕਿ ਜੋ ਜੋਟਾ ਹੈ ਨਾ ਉਹਨੂੰ ਜ਼ਾਹਰੀ ਖੂਬਸੂਤੀ ਉਹਦੀ ਨਹੀਂ ਵੇਖਣੀ ਚਾਹੀਦੀ ਅੱਛਾ ਬਿਲਕੁਲ ਉਹਨੂੰ ਨਾ ਵੇਖੋ ਉਹ ਕੀ ਏ ਕੀ ਨਹੀਂ ਮੇਰੇ ਖਿਆਲ ਨਾਲ ਮੈਂ ਕਦੀ ਨਹੀਂ ਵੇਖਾ ਸਹੀ ਝੋਟੇ ਦੀਆਂ ਦੀਆਂ ਅਗਰ ਤੁਹਾਡੇ ਕੋਲ ਅਵੇਲੇਬਲ ਹੈ ਨੇ ਸੂਈਆਂ ਆਈਆਂ ਸਹੀ ਤੋ ਉਹ ਤੋਂ ਸਭ ਤੋਂ ਬੈਸਟ ਆਪਸ਼ਨ ਹੈ ਕਿ ਉਹ ਬਹੁਤ ਚੀਜ਼ਾਂ ਤੁਹਾਡੀਆਂ ਕਲੀਅਰ ਕਰ ਦਿੰਦੀਆਂ ਨੇ ਅਗਰ ਉਹ ਨਹੀਂ ਤੇ ਕਮ ਅਜ਼ ਕਮ ਕਮ ਅਜ਼ ਕਮ ਝੋਟੇ ਦੀ ਮਾਂ ਝੋਟੇ ਦੀ ਨਾਨੀ ਤੇ ਝੋਟੇ ਦੀ ਦਾਦੀ ਸਹੀ ਇਹ ਤਿੰਨ ਜਾਨਵਰਾਂ ਦਾ ਰਿਕਾਰਡ ਕਮ ਅਜ਼ ਕਮ ਤੇ ਤੁਹਾਡੇ ਕੋਲ ਬਿਲਕੁਲ ਹੋਣਾ ਚਾਹੀਦਾ ਹੈ ਵਜਾਂ ਦੁੱਧ ਵਾਲੀਆਂ ਵੀ ਹੋਣ ਖੂਬਸੂਰਤ ਵੀ ਹੋਣ ਉਹ ਜੋ ਤੁਹਾਡਾ ਸ਼ੌਕ ਹੈ ਸਹੀ ਮੈਂ ਇਹ ਸਿਰਫ ਨੀਲੀ ਵਾਸਤੇ ਨਹੀਂ ਗੱਲ ਕਰ ਰਿਹਾ ਮੈਂ ਓਵਰਆਲ ਬਰੀਡ ਵਾਸਤੇ ਗੱਲ ਕਰ ਰਹੇ ਆ ਉਹ ਜੋ ਤੁਹਾਡਾ ਸ਼ੌਕ ਏ ਅਗਰ ਨੀਲੀ ਦਾ ਸ਼ੌਕ ਏ ਤੇ ਤੁਸੀਂ ਮੱਝ ਦੀ ਪੂਰੀ ਖੂਬਸੂਰਤੀ ਵੇਖੋ ਉਸ ਮੱਝ ਦਾ ਥਣ ਛੱਡਾ ਚੰਗਾ ਹੋਵੇ ਕਸਵਾ ਹੋਵੇ ਪੱਕਾ ਹੋਵੇ ਇਹ ਨਾ ਹੋਵੇ ਮੱਝ ਦਾ ਥਣ ਲੰਬੇ ਹੋਣ ਜਾਂ ਛੱਡਾ ਥੱਲੇ ਝੂਲਦਾ ਵਧਾ ਹੋਵੇ ਜੋ ਸਾਡਾ ਆਈਡੀਅਲ ਛੱਡਾ ਮੱਝ ਦਾ ਹੁੰਦਾ ਓਹ ਹੋਵੇ ਥਣ ਮੁੱਠਬਾ ਰੋਵੇ ਮੱਝ ਪੂਰੀ ਖੂਬਸੂਰਤ ਹੋਵੇ ਸਿਰ ਤੋਂ ਲੈ ਤੇ ਪੂਛਲ ਤੱਕ ਮੱਝ ਜਿਹੜੀ ਹੈ ਉਹਦੇ ਪੁਆਇੰਟਸ ਪੂਰੇ ਹੋਣ ਫਿਰ ਤੇ ਤੁਸੀਂ ਨੀਲੀ ਦਾ ਝੋਟਾ ਰੱਖੋ ਤੇ ਮਾਂ ਉਹਦੀ ਉਹਦੀ ਨਾਨੀ ਉਹਦੀ ਦਾਦੀ ਇਹਨਾਂ ਘੱਮ ਘੱਮ ਇਹਨਾਂ ਤਿੰਨਾਂ ਦਾ ਤੁਹਾਨੂੰ ਪਤਾ ਹੋਵੇ ਉਸ ਤੋਂ ਬਾਅਦ ਅਸੀਂ ਝੋਟਾ ਇਸਤੇਮਾਲ ਕਰੋ ਪੀਰ ਸਾਹਿਬ ਬੜਾ ਅੱਛਾ ਤੁਸੀਂ ਜਵਾਬ ਦਿੱਤਾ ਤੇ ਮੈਂ ਕਿਹਾ ਗੱਪਸ਼ਪ ਕਾਫੀ ਹੋ ਗਈ ਹੈ ਪੀਰ ਸਾਹਿਬ ਆਪਣੇ ਤੌਰ ਤੇ ਨਵੇਂ ਦੋਸਤਾਂ ਜਾਂ ਸ਼ਕੀਨਾ ਨੂੰ ਕੋਈ ਬਿਆਨ ਕੋਈ مشورہ ਦੇਣਾ ਚਾਹੋ ਅੱਜ ਕੱਲ ਸੋਸ਼ਲ ਮੀਡੀਆ ਤੇ ਵੀ ਦੋਸਤ ਜਿਹੜੇ ਬਿਆਹਰ ਜਿਹੜਾ ਸ਼ੌਕ ਕਰਦੇ ਆ ਤੇ ਨਜ਼ਰ ਆਉਂਦਾ ਕਿ ਇੱਕ ਦੂਸਰੇ ਦੀਆਂ ਲੱਤਾਂ ਖਿੱਚਦੇ ਆ ਤੇ ਉਹ ਕੋਈ ਸ਼ੌਕ ਲਈ ਅੱਛੀ ਗੱਲ ਨਹੀਂ ਬਾਹਰੋਂ ਦੋਸਤ ਸਾਨੂੰ ਹੀ ਕਹਿੰਦੇ ਕਿ ਯਾਰ ਤੁਸੀਂ ਸ਼ੋਅ ਕਰਦੇ ਹੋ ਕੋਈ ਮੁਸ਼ਤਰਕਾ ਤੇ ਅੱਛਾ ਸ਼ੋਅ ਕਰੋ بجائے ਇੱਕ ਦੂਏ ਨੂੰ ਨੀਚਾ ਦਿਖਾਓ ਇਹਦੇ ਉੱਤੇ ਵੀ ਤੁਸੀਂ ਆਪਣੀ رائے ਦੋ ਜੀ ਬਿਲਕੁਲ رائے ਦਿੰਨੇ ਆ ਜੀ ਹਫੀਜ਼ ਸਾਹਿਬ ਮੇਰੀ رائے ਇਹ ਕਿ ਜਿਹੜਾ ਹੈ ਨਾ ਜੀ ਇਹ ਸਾਡਾ ਸ਼ੌਕ ਇਹਦੇ ਵਿੱਚ ਕਿਸੇ ਤੇ تنਕੀਦ ਨਹੀਂ ਕਰਨੀ ਚਾਹੀਦੀ ਜਿਹੜਾ ਬੰਦਾ ਕੰਮ ਕਰ ਰਿਹਾ ਉਹਨੂੰ ਦਾਤ ਦੇਵਣੀ ਚਾਹੀਦੀ ਹੈ ਤੇ ਸਭ ਤੋਂ ਵੱਡੀ ਗੱਲ ਕਿਸਾਨ ਨੂੰ ਖੁਦ ਨੂੰ ਮਿਹਨਤ ਕਰਨੀ ਚਾਹੀਦੀ ਹੈ ਗੱਲਾਂ ਨਾਲ ਕਿਸੇ ਦੇ تنਕੀਦ ਕਰਨੀ ਗੱਲਾਂ ਨਾਲ ਜਿਹੜੀਆਂ ਨਾ ਮੱਜਾਂ ਬਣਾਉਣੀਆਂ ਇਹ ਬਹੁਤ ਆਸਾਨ ਕੰਮ ਹੁੰਦਾ ਹੈ ਪ੍ਰੈਕਟੀਕਲੀ ਹੋਣਾ ਚਾਹੀਦਾ ਬੰਦੇ ਨੂੰ ਪ੍ਰੈਕਟੀਕਲ ਹੋਣਾ ਚਾਹੀਦਾ ਹੈ ਗੱਲਾਂ ਨਾਲ ਉਸਤਾਦ ਬੜੇ ਬਣੇ ਬੈਠੇ ਨੇ ਗੱਲਾਂ ਨਾਲ ਉਸਤਾਦ ਬਣਨਾ ਔਖਾ ਕੋਈ ਨਹੀਂ ਲੇਕਿਨ ਕੰਮ ਕਰੋ ਮਾਇਦੀ ਬਰੀਡ ਤੇ ਕੰਮ ਕਰੋ ਖਾ ਤੁਸੀਂ ਜਿਹੜੀ ਬਰੀਡ ਨੂੰ ਵੀ ਪਸੰਦ ਕਰਦੇ ਨੇ ਉਸ ਤੇ ਕੰਮ ਕਰੋ ਬਰੀਡ ਨੂੰ ਬਚਾਓ ਮਿਹਨਤ ਕਰੋ ਮੱਜ ਜਿਹੜੀ ਮਾਇਦਾ ਤੁਹਾਨੂੰ ਸ਼ੌਕ ਹੈ ਉਸ ਤੇ ਮਿਹਨਤ ਕਰੋ ਤੇ ਮੱਜਾਂ ਬਸ ਮੈਂ ਤੇ ਮੇਰਾ ਤੇ ਇੱਕੋ ਹੀ ਫਾਰਮੂਲਾ ਹੈ ਕਿ ਹਾਰਡਵਰਕ ਹਾਰਡਵਰਕ ਤੇ ਹਾਰਡਵਰਕ ਜਿੰਨੀ ਮਿਹਨਤ ਤੁਸੀਂ ਕਰਦੇ ਜਾਓ ਸੋ ਉਤਨੀ ਤੁਹਾਡੀਆਂ ਮੱਜਾਂ ਬਿਹਤਰ ਹੋਦੀਆਂ ਜਾਂਦੀਆਂ ਪੀਰ ਸਾਹਿਬ ਇੱਕ ਹੋਰ ਤਾਅਸਰ ਬੜਾ ਇੱਕ ਮੱਜਾਂ ਮਹਿੰਗੀਆਂ ਬੜੀਆਂ ਹੋ ਗਈਆਂ ਹੈਗੀਆਂ ਜਿਹੜੀਆਂ ਸ਼ੌਕ ਵਾਲੀਆਂ ਮੱਜਾਂ ਉਹਨਾਂ ਦਾ ਤੇ ਮੁੱਲ ਕੋਈ ਨਹੀਂ ਹੈਗਾ ਤੇ ਇਸ ਮੱਜਾਂ ਮਹਿੰਗੀਆਂ ਹੋਣਾ ਤੁਸੀਂ ਕੀ ਸਮਝਦੇ ਕੋਈ ਸ਼ੌਕ ਵੱਧ ਰਿਹਾ ਵਕ ਜਾਂ ਘਟ ਰਿਹਾ ਹੈ ਹਾਂ ਪੀਰ ਸਾਹਿਬ ਮੱਜਾਂ ਮਹਿੰਗੀਆਂ ਮੈਂ ਬਾਕੀ ਤੇ ਨਹੀਂ ਗੱਲ ਕਰਦਾ ਆਦੀ ਨੀਲੀ ਬਰੀਡ ਦੀ ਗੱਲ ਕਰਨਾ ਜਿਹੜੀ ਅੱਛੀ ਨਸਲੀ ਮੱਝੇ ਨਾ ਉਹ ਰਹਿ ਬੜੀਆਂ ਘਟ ਗਈਆਂ ਨੇ ਕੁਛ ਹੁਣ ਸਾਨੂੰ ਨੀਲੀ ਵਾਲਾਂ ਨੂੰ ਸ਼ੌਕ ਵੀ ਲੱਗ ਗਿਆ ਉਹਦੀ ਬਾਵੇਂ ਜੋ ਵਜੂਹਾ ਤੁਸੀਂ ਸਮਝ ਲਓ ਹੋ ਸਕਦਾ ਇਹ ਮੱਝਾਂ ਮਹਿੰਗੀਆਂ ਹੋਣ ਇਹ ਵਜ੍ਹਾ ਹੋਵੇ ਕਿ ਸਾਡੇ ਨੀਲੀ ਵਾਲੇ ਦੂਸਰੇ ਦੋਸਤ ਵੀ ਹੁਣ ਇਹ ਸ਼ੌਕ ਕਰਨਾਂ ਸ਼ੁਰੂ ਕਰ ਗਏ ਨੇ ਤੇ ਅੱਛੀ ਮੱਝ ਦੀ ਲੱਭਦੀ ਕੋਈ ਨਹੀਂ ਜਿਹੜੀ ਚੀਜ਼ ਘਟ ਜੈਸੀ ਜਿੱਦਾ ਮਾਰਕੀਟ ਜ਼ਿਆਦਾ ਮਾਰਕੀਟੇਜ ਡਿਮਾਂਡ ਜ਼ਿਆਦਾ ਹੋਸੀ ਤਾਂ ਅਵੇਲੇਬਲ ਘਟੋਸੀ ਉਹਦਾ ਦਾ ਹਫੇ ਸਾਹਿਬ ਰੇਟ ਵਧਣਾਈ ਵਧਣਾ ਜ਼ਾਹਰੀ ਗੱਲ ਹੈ ਹੁਣ ਸ਼ੌਕੀਨ ਜ਼ਿਆਦਾ ਹੈ ਮੱਝਾਂ ਥੋੜੀਆਂ ਨੇ ਤੇ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਸ਼ੌਕ ਵਧ ਰਿਹਾ ਹੈ ਜਾਂ ਘਟ ਰਿਹਾ ਹੈ ਇਹਦੇ ਵਿੱਚ ਇਹ ਹੈ ਕਿ ਮੇਰੇ ਖਿਆਲ ਨਾਲ ਤੇ ਸੋਸ਼ਲ ਮੀਡੀਆ ਦੇ ਆਉਣ ਨਾਲ ਸ਼ੌਕ ਵਧਾ ਹੈ ਅੱਜ ਤੋਂ 2-4 ਸਾਲ ਪਹਿਲੇ ਇਤਨਾ ਸ਼ੌਕ ਨਹੀਂ ਆ ਹੁਣ ਸ਼ੌਕ ਮੱਝਾਂ ਦਾ ਜ਼ਿਆਦਾ ਵਧਾ ਹੈ ਲੋਗਨ ਸ਼ੌਕ ਜ਼ਿਆਦਾ ਹੈ ਲੇਕਿਨ ਹੁਣ ਜਾਨਵਰ ਦੀ ਕੁਆਲਿਟੀ ਘਟ ਗਈ ਹੈ ਜਿਹੜੀ ਇਹਦੇ ਵਿੱਚ ਅਸਲ ਗੱਲ ਹੈ ਨਾ ਕੁਆਲਿਟੀ ਘਟ ਗਈ ਹੈ ਫਿਰ ਸਭ ਕੁਆਲਿਟੀ ਕਿਉਂ ਘਟ ਗਈ ਆ ਪਿਛੇ ਮਾਰਕਟ ਤੇ ਤੁਸੀਂ ਨੀਲੀ ਵਾਲੇ ਜੇ ਨਾ ਤੁਹਾਡਾ ਹੀ ਕੰਮ ਆ ਕਲਾ ਤਾਲਾ ਨੇ ਇੱਥੇ ਖਾਸ ਰਹਿਮਤ ਕੀਤੀ ਜਾਨਵਰ ਇੱਥੋਂ ਹੀ ਪੈਦਾ ਹੋਣੇ ਤੇ ਜਾਣੇ ਤੇ ਤੁਸੀਂ ਥੋੜੀ ਜਿਹੀ ਫਿਰ ਮਿਹਨਤ ਜ਼ਿਆਦਾ ਕਰੋ ਨਾ ਜਾਨਵਰ ਕੁਆਲਿਟੀ ਵਾਲੇ ਜ਼ਿਆਦਾ ਦੋ नहीं जी इन शाला असं तो मेहनत कर रहे हैं जितने जोगे हैं अभी तो फिलहाल हाफि साहब असं तो अभी तो आधा घर अजय सीधा करते बैठे हैं कि अजे तक असी वो तो, तो नहीं आधे भी पूरे कर लिए तो लोगों ने बना बना के देिए अजय आधा कुछ करते पे हैं इन शाला जदों वो हो गया अज मतलब असी वेख लिया कि असी हम काफ़ी अचीव कर लिया है तो इन शाला लोगों की भी खिदमत कर ਜੀ ਬਹੁਤ ਸ਼ੁਕਰੀਆ ਜੀ ਅਸੀਂ ਪੀਰ ਸਾਹਿਬ ਦਾ ਸ਼ੁਕਰੀਆ ਅਦਾ ਕਰਨੇ ਕੀਮਤੀ ਵਕਤ ਹੋਇਆ ਨਾ ਟਾਈਮ ਦਿੱਤਾ ਤੇ ਸਾਨੂੰ ਜਿਹੜੇ ਸਾਡੇ ਸਵਾਲ ਆ ਸੀ ਖੁੱਲੇ ਤੇ ਜਵਾਬ ਦਿੱਤੇ ਅچھے ਖੁੱਲੇ ਜ਼ੇਹਨ ਨਾਲ ਤੇ ਖੁੱਲੇ ਦਿਲ ਨਾਲ ਜਵਾਬ ਦਿੱਤੇ ਪੀਰ ਸਾਹਿਬ ਦਾ ਬਹੁਤ ਸ਼ੁਕਰੀਆ ਤੇ ਹੁਣ ਅਸੀਂ ਇਜਾਜ਼ਤ ਚਾਹਾਂਗੇ ਅੱਲਾਹ ਤਾਲਾ ਤੁਹਾਡਾ ਤੇ ਮੇਰਾ ਆਮੀਨ ਆ ਨਾਸਰ ਪਾਕਿਸਤਾਨ ਜ਼ਿੰਦਾਬਾਦ